ਬਿਰਸਾਤ ਸੰਗਤ ਜੀ ਕਿਉਂਕਿ ਗੁਰਬਾਣੀ ਕਹਿੰਦੀ ਹੈ ਜੀ ਕੇ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਅਸੀਂ ਗਰੰਟੀ ਨਾਲ ਕਹਿੰਦੇ ਹਾਂ ਜੇ ਤੁਸੀਂ ਸੱਚੇ ਦਿਲ ਨਾਲ ਮੇਰੇ ਗੁਰੂ ਦੇ ਅੱਗੇ ਅਰਦਾਸ ਕਰੋਗੇ ਮੇਰਾ ਵਾਹਿਗੁਰੂ ਤੁਹਾਡੀ ਅਰਦਾਸ ਨੂੰ ਜ਼ਰੂਰ ਪ੍ਰਵਾਨ ਕਰੇਗਾ ਇਸ ਲਈ ਆਓ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਜਿਨ੍ਹਾਂ ਦੇ ਵੀ ਰੋਗ ਹਨ ਉਹ ਸਾਰੇ ਦੂਰ ਹੋ ਜਾਣ ਕੋਈ ਰਸਤਾ ਵਾਂਝੀ ਨਾ ਰਹਿ ਜਾਵੇ ਰੋਗੀ ਕਾ ਚਲੀ ਠਾਕੁਰ ਪੈ ਹਾਰੇ ਜਬ ਹਮ ਸਰਣ
Ah.